ਦੁਨੀਆ ਪਾਰਚ ਬੈਠਾ ਸਿੱਖ ਭਾਈ ਜਾਰਾ ਇਸ ਮੁੱਦੇ ਤੇ ਸਵਾਲ ਪੁੱਛ ਰਿਹਾ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਫਾਂਸੀ ਦੀ ਸਜ਼ਾ ਦੇ ਖਿਲਾਫ 12 ਸਾਲ ਹੋ ਗਏ ਅਪੀਲ ਕੀਤੀ ਨੂੰ ਉਮਰ ਕੈਸ ਤਬਦੀਲ ਕਰਨ ਦੇ ਲਈ ਕੌਣ ਹੀ ਕੋ ਹੋ ਰਿਹਾ ਫੈਸਲਾ ਕੌਣ ਹੀ ਹੋ ਰਹੀ ਸੁਣਵਾਈ ਮਾਮਲਾ ਕਦੇ ਇਤਿਹਾਕ ਇਨੀ ਰੁਕ ਜਾਂਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਆਖਰ ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਚੋਂ ਕਈ ਮਾਨਸਿਕ ਤੌਰ ਤੇ ਬਿਮਾਰ ਹੈ ਕਈ ਸਰੀਰਕ ਤੌਰ ਤੇ ਬਿਮਾਰ ਹੈ ਪਰਿਵਾਰ ਉਹਨਾਂ ਦੇ ਇੰਤਜ਼ਾਰ ਕਰ ਰਿਹਾ ਹੈ ਕੀ ਗਿਨਾਹ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਿਉਂ ਨਹੀਂ ਉਹਨਾਂ ਨੂੰ ਰਿਹਾ ਕੀਤਾ ਜਾ ਰਿਹਾ ਸੋਹਣੀ ਗੁਰਦੁਆਰਾ ਪਰੰਦੇ ਕਮੇਟੀ ਅੱਜ ਪੰਜਾਬ ਦੇ ਰਾਜਪਾਲ ਨੂੰ ਉਹਨਾਂ ਨੇ ਮੈਮੋਰੰਡਮ ਦਿੱਤਾ ਯਾਦ ਪੱਤਰ ਦਿੱਤਾ ਹੈ ਜਿਹੜੇ ਲੱਖਾਂ ਦੀ ਗਿੰਦੀ ਦਸਕਤ ਕਰਵਾਏ ਐ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੇ ਲੈ ਕੇ ਰਾਸ਼ਟਰਪਤੀ ਦੇ ਨਾਂ ਤੇ ਪੱਤਰ ਹੈ ਪਰ ਸਵਾਲ ਤਾਂ ਸਮੁੱਚੀ ਜਿਹੜੀ ਹੈ ਚਾਹੇ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਰਾਸ਼ਟਰਪਤੀ ਦੀ ਗੱਲ ਕਰ ਲਈਏ ਵੱਡਾ ਮਾਮਲਾ ਹੈ ਕਿ ਕਿਹੜੀ ਅੰਗਹੀਲੀ ਹੈ ਕਿਹੜੀ ਵਜ੍ਹਾ ਜਿਹਦੇ ਕਰਕੇ ਇਹ ਨਿਆ ਏਡੀ ਵੱਡੀ ਬੇਇਨਸਾਫੀ ਹੋ ਰਹੀ ਹੈ ਠੀਕ ਹੈ ਐਸਪੀਜੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਇਹ ਕਹਿੰਦੇ ਆ ਕਿ ਜਦੋਂ ਇਹੋ ਜਿਹੇ ਮਾਮਲਿਆਂ ਤੇ ਕੋਈ ਨਿਆਂ ਤੇ ਇਨਸਾਫ ਨਹੀਂ ਮਿਲਦਾ ਤਾਂ ਕਟਗਿੰਦੀ ਭਾਈਚਾਰੇ ਨੂੰ ਬੇਗਾਨਗੀ ਦਾ ਅਹਿਸਾਸ ਹੋਣਾ ਸਵਾਭਿਕ ਹੈ ਇਹ ਵੱਖਰੀ ਗੱਲ ਹੈ ਕਿ ਪੰਤਿਕ ਹਲਕਿਆਂ ਦੇ ਅੰਦਰ ਹੀ ਵਿਰੋਧੀ ਧਿਰਾਂ ਵੱਲੋਂ ਵੀ ਇਸ ਮਾਮਲੇ ਤੇ ਸਵਾਲ اٹھਾਇਆ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਨਜ਼ਦੀਕ ਹੈ ਤਾਕੀ ਉਸ ਵੇਲੇ ਮੁੱਦਾ ਗਰਮਾਇਆ ਗਿਆ ਸਵਾਲ ਕਬਲੇ ਤੇ ਆ ਕਿ ਨਹੀਂ ਰੁਕ ਜਾਂਦਾ ਜੋ ਵਿਰੋਧੀ ਧਿਰਾਂ ਵੱਲੋਂ ਸਵਾਲ اٹھਾਇਆ ਜਾ ਰਿਹਾ ਹੈ ਇਹ ਵੀ ਮਾਮਲਾ ਹੈ ਕਿ ਐਸਜੀਪੀਸੀ ਦੀਆਂ ਇਲੈਕਸ਼ਨ ਵਾਕਈ ਹੋਣ ਜਾ ਰਹੀਆਂ ਜੇ ਆਪਾਂ ਮੌਜੂਦਾ ਤੱਥਾਂ ਦੀ ਗੱਲ ਕਰ ਲਈਏ ਇਸ ਗੱਲ ਤੇ ਬੜੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਸ਼੍ਰੋਮਣੀ ਗੁਰਦਵਾਰਾ ਪਰੰਦਰ ਕਮੇਟੀ ਦੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਕਿ ਗੁਰਦਰਾ ਕਮਿਸ਼ਨ ਨੇ ਫਰਵਰੀ ਤੱਕ ਵੋਟਰ ਸੂਚੀਆਂ ਬਣਨ ਦਾ ਸਮਾਂ ਦੇ ਦਿੱਤਾ ਪਰ ਜਿਉਂ ਸਮੇਂ ਦਾ ਆਪਾਂ ਜ਼ਿਕਰ ਕਰਦੇ ਆ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਜਿਹੜੀਆਂ ਵੋਟਰ ਸੂਚੀਆਂ ਬਣਨ ਗਿਆ ਉਹਨਾਂ ਸਦਾਈ ਹੋਏਗੀ ਸੁਣਵਾਈ ਹੋਏਗੀ ਉਹ ਸਾਰਾ ਕੁਝ ਕਾਫੀ ਲੰਬੀ ਚੋਣ ਪ੍ਰਕਿਰਿਆ ਦਾ ਹਿੱਸਾ ਹੈ ਜਿਸ ਤੋਂ ਸਭ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਐਸਜੀਪੀਸੀ ਦੇ ਜਨ ਹਾਊਸ ਦੀ ਆਮ ਇਲੈਕਸ਼ਨ ਨਹੀਂ ਹੋ ਸਕਦੀਆਂ ਜਿਹੜਾ ਜਨ ਹਾਊਸ 211 ਚ ਬਣਿਆ ਤੇ ਅੱਜ ਤੱਕ ਉਹਦੀ ਇਲੈਕਸ਼ਨ ਨਹੀਂ ਹੋਈ ਤੇ ਹੁਣ ਜਦੋਂ ਐਸਜੀਪੀਸੀ ਦੀ ਇਲੈਕਸ਼ਨ ਦੀ ਗੱਲ ਤੁਰੀ ਵੀ ਹੈ ਤੇ ਮਾਮਲਾ ਇੱਥੇ اٹਕਦਾ ਨਜ਼ਰ ਆ ਰਿਹਾ ਹੈ ਕਿ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਜਾ ਕੇ ਪੋਸੀਬਲ ਹੈ ਐਸਜੀਪੀਸੀ ਦੇ ਆਮ ਹਾਊਸ ਦੀਆਂ ਚੋਣਾਂ ਹੋਣ ਵੱਡਾ ਸਵਾਲ ਕੀ ਉਸ ਮੌਕੇ ਤੋਂ ਬਾਅਦ ਵੀ ਚੋਣਾ ਹੋ ਪਾਉਣਗੇ ਆ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸੰਸਥਾ ਸ਼੍ਰੋਮਣੀ ਗੁਰਦਾਰ ਪ੍ਰੰਧਕ ਕਮੇਟੀ ਕੋਈ ਵੀ ਸੰਸਥਾ ਹੋਵੇ ਜਦੋਂ ਸਮਾ ਵਿਹਾ ਚੁੱਕੀ ਹੁੰਦੀ ਹੈ ਸੁਭਾਵਿਕ ਹੈ ਕਿ ਉਸ ਦੀ ਲੀਡਰਸ਼ਿਪ ਨਾਲ ਸਵਾਲ ਵੀ ਉੱਠਦੇ ਆ ਜਦੋਂ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਆ ਭਾਈ ਰਾਜੌਣਾ ਦੇ ਮਾਮਲੇ ਦੀ ਗੱਲ ਕਰਦੇ ਆ ਕਿਉਂ ਨਹੀਂ ਹੋ ਰਹੀ ਸੁਣਵਾਈ ਕਿਦਰੇ ਮਾਮਲੇ ਇਥੇ ਆ ਕੇ ਵੀ اٹਕਦੇ ਨਜ਼ਰ ਆਉਂਦੇ ਆ ਕਿ ਇੰਨਾ ਸਮਾਂ ਹੋ ਗਿਆ ਇੱਕੋ ਲੀਡਰਸ਼ਿਪ ਜਦੋਂ ਕਿ ਹੁਣ ਤੱਕ ਕਈ ਵਾਰ ਜਨਰਲ ਇਲੈਕਸ਼ਨ ਹੋ ਚੁੱਕਿਆ ਹੋਣੀਆਂ ਸੀ ਤੇ ਨਵੀਂ ਲੀਡਰਸ਼ਿਪ ਆਉਣੀ ਸੀ ਤਾਂ ਉਸ ਦੇ ਬਾਵਜੂਦ ਕੋਈ ਚੋਣ ਜਾਂ ਚਨਾਬ ਦੀ ਕੋਈ ਨਜ਼ਦੀਕ ਵੀ ਗੱਲ ਨਜ਼ਰ ਨਹੀਂ ਆਉਂਦੀ ਤਾਂ ਫਿਰ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹਦਾ ਵੀ ਗਵਦਵਾ ਕਿਤੇ ਘਟਦਾ ਨਜ਼ਰ ਆਉਂਦਾ ਹੈ ਅਕਸਰ ਇਹ ਕਿਹਾ ਜਾਂਦਾ ਹੈ ਕੇਜੀਪੀਸੀ ਜਦੋਂ ਕੋਈ ਫੈਸਲੇ ਲੈਂਦੀ ਸੀ ਚਾਹੇ ਪਾਰਲੀਮੈਂਟ ਦੇ ਬਾਰੇ ਚ ਗੱਲ ਹੋਵੇ ਚਾਹੇ ਸਰਕਾਰਾਂ ਦੇ ਬਾਰੇ ਕੇਂਦਰ ਦੀਆਂ ਸਰਕਾਰਾਂ ਨਾਲ ਸੰਬੰਧਿਤ ਗੱਲ ਹੋਵੇ ਤਾਂ ਫੌਰੀ ਤੌਰ ਤੇ ਸੁਣਵਾਈ ਹੁੰਦੀ ਸੀ ਕਿ ਕੇਐਜੀਪੀਸੀ ਵੱਲੋਂ ਕੀ ਕਿਹਾ ਗਿਆ ਹੁਣ ਲੱਖਾਂ ਦੀ ਗਿੰਦੀ ਚ ਦਸਕਤ ਕਰਵਾ ਕੇ ਉਹ ਵੀ ਕੋਈ ਅਜਿਹਾ ਮੁੱਦਾ ਨਹੀਂ ਕੋਈ ਵੱਖਰਾ ਕੋਈ ਵਿਕੁਲਤਰਾ ਮੁੱਦਾ ਹੈ ਉਸ ਮੁੱਦੇ ਤੇ ਜਦੋਂ ਆਪਾਂ ਗੱਲ ਕਰਦੇ ਆਂ ਜ਼ਮੀਨੀ ਹਕੀਕਤ ਨਾਲ ਜੁੜੇ ਮਾਮਲੇ ਦੀ ਨਿਆਂ ਤੇ ਇਨਸਾਫ ਦੀ ਮੰਨਤਾ ਦੀ ਗੱਲ ਕਰਦੇ ਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜਿਹੜੇ ਬੰਦੇ ਸਿੱਖ ਐ ਉਹਨਾਂ ਦੀ ਰਿਹਾਈ ਦਾ ਮਾਮਲਾ ਐ ਫਿਰ ਉਹਨਾਂ ਦੀ ਰਿਹਾਈ ਦੇ ਮਾਮਲੇ ਤੇ ਵੀ ਜੇ ਸੁਣਵਾਈ ਨਹੀਂ ਹੋ ਰਹੀ ਐਸਜੀਪੀਸੀ ਦਾ ਕਹਿਣਾ ਐ ਕਿ ਅਸੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ ਲਿਖਿਆ ਮਿਲਣੀ ਸਮਾਨੀ ਦਿੱਤਾ ਗਿਆ ਪ੍ਰਧਾਨ ਮੰਤਰੀ ਨੂੰ ਕਿਹਾ ਗਿਆ ਮਿਲਣੀ ਸਮਾਨੀ ਦਿੱਤਾ ਗਿਆ ਹੁਣੇ ਠੀਕ ਐ ਕਿ ਪੰਜਾਬ ਦੇ ਰਾਜਪਾਲ ਨੇ ਮੰਗ ਪੱਤਰ ਜ਼ਰੂਰ ਪ੍ਰਵਾਨ ਕਰ ਲਿਆ ਪਰ ਇਹ ਮਾਮਲਾ ਪੰਜਾਬ ਦੇ ਰਾਜਪਾਲ ਤੱਕ ਸੀਮਿਤ ਰਹਿਣ ਵਾਲਾ ਨਹੀਂ ਹੈ ਰਾਸ਼ਟਰਪਤੀ ਕੋਲੇ ਵੀ ਜਾਏਗਾ ਰਾਸ਼ਟਰਪਤੀ ਦੇ ਕੋਲੇ ਮਾਮਲੇ ਨੂੰ ਲੈ ਕੇ ਅੱਗੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਬਹੁਤ ਸਾਰੇ ਮਾਮਲੇ ਆ ਜਿਨ੍ਹਾਂ ਮਾਮਲਿਆਂ ਤੇ ਸੁਲਮਾਈ ਆਉਣ ਵਾਲੇ ਦਿਨਾਂ ਚ ਉਮੀਦ ਤੇ ਤਵਕਕ ਕੀਤੀ ਜਾ ਸਕਦੀ ਹੈ ਪਰ ਕੇਐਸਜੀਪੀਸੀ ਨੇ ਜਿਹੜਾ ਅਜ ਸ਼ਰੂਨੀ ਗੁਰਦਾਰਾ ਪਰਉਂਦੇ ਕਮੇਟੀ ਦੀ ਲੀਡਰਸ਼ਿਪ ਦੇ ਹੇਠਾਂ ਪੰਜਾਬ ਦੇ ਰਾਜਪਾਲ ਨੂੰ ਇੱਕ ਵੱਡਾ ਮੰਗ ਪੱਤਰ ਦਿੱਤਾ ਹੈ ਭਾਈ ਰਾਜਵਾਨਾ ਦੇ ਅਪੀਲ ਦੇ ਮੁੱਦੇ ਦੇ ਉੱਤੇ ਸੁਣਵਾਈ ਕਰਨ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਕੀ ਉੱਤੇ ਸੁਣਵਾਈ ਹੋਏਗੀ ਭਾਈ ਰਾਜਵਾਨਾ ਨੇ ਠੀਕ ਹੀ ਕਿਹਾ ਕਿ ਜੋ ਅਪੀਲ ਉਹਨਾਂ ਬਾਰੇ ਕੀਤੀ ਗਈ ਹੈ ਉਹ ਕਹਿੰਦੇ ਅਪੀਲ ਵਾਪਸ ਲੈ ਲਓ ਉਹਨਾਂ ਨੂੰ ਲੱਗਦਾ ਨਹੀਂ ਇਸ ਮਾਮਲੇ ਤੇ ਕੋਈ ਸੁਣਵਾਈ ਹੁੰਦੀ ਨਜ਼ਰ ਆਂਦੀ ਹੈ ਉਹਨਾਂ ਨੇ ਪਹਿਲਾਂ ਇੱਕ ਵਾਰੀ ਪੱਤਰ ਲੈ ਕੇ ਕਾਲਜਾ ਸਸਦੇ ਜਥੇਦਾਰ ਨੂੰ ਇਹ ਗੱਲ ਕਹੀ ਮੇਰੇ ਬਾਰੇ ਜੋ ਅਪੀਲ ਐ ਸੀਬੀਸੀ ਵੱਲੋਂ ਪਾਈ ਗਈ ਹੈ ਉਹ ਵਾਪਸ ਲੈ ਲਈ ਜਾਵੇ ਹੁਣ ਦੂਜੀ ਵਾਰ ਫੇਰ ਉਹਨਾਂ ਨੇ ਪੱਤਰ ਲਿਖ ਕੇ ਕਿਹਾ ਕਿ ਮੇਰੀ ਅਪੀਲ ਵਾਪਸ ਲੈ ਲਈ ਜਾਵੇ ਹੁਣ ਇਹੋ ਜੀ ਸਥਿਤੀ 'ਚ ਪਈ ਰਾਜੇਵਾਨਾ ਜੁਦੇ ਗੱਲ ਕਹਿ ਰਿਹਾ ਕਿ ਉਹਨਾਂ ਨੂੰ ਲੱਗਦਾ ਨਹੀਂ ਕਿ ਇਸ ਮਾਮਲੇ ਤੇ ਕੋਈ ਸੁਣਵਾਈ ਹੋਏਗੀ ਤਾਂ ਫਿਰ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਕਾਲਤਾਸਾ ਦੇ ਜਥੇਦਾਰ ਵੱਲੋਂ ਜਿਹੜੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਉਹਨਾਂ ਨੂੰ ਕਿਹਾ ਗਿਆ ਕਿ ਭਾਈ ਰਾਜੋਣਾ ਇਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਤੇ ਕੋਈ ਕਾਰਵਾਈ ਕੀਤੀ ਜਾਵੇ ਕੀ ਆਉਣ ਵਾਲੇ ਦਿਨਾਂ ਚ ਪੰਥਕ ਜਥੇਬੰਦੀਆਂ ਇਸ ਮੁੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕੋਈ ਦਬਾਅ ਬਣਾ ਸਕਣੀਆਂ ਇਹ ਸਵਾਲ ਦੁਨੀਆ ਭਰ ਚ ਬੈਠੇ ਜਿਹੜਾ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਉਹਦੇ ਵੱਲੋਂ ਇੰਤਜ਼ਾਰ ਰਹੇਗੀ ਕਿ ਕੀ ਜਵਾਬ ਆਏਗਾ